कुछ नहीं मांगता शाहों से ये शहदा तेरा, इसकी दौलत है फकत नक्श का बेपा तेरा। पूरे कदमे खड़ा हूँ तो ये तेरा है करम, मुझको झुकने नहीं देता है सहारा तेरा। बस गिरी मेरी तन्हाई की तूने ही तो की, मैं तो मर जाता। सोना करवे मेरी मेरी मां ने ऐसे मेरे वास्ते है तो याद आई ना मां दी तौले कलमे तैयबा पढ़ दे ते जिने मैं दस्या करी सारे सवाल का। बस पहुंच गए मां के सामने, बाप नु सवाल, भाई नु सवाल। ए दूजी चीज की है, मां बाप दे वास्ते कसरत दे नाल उना दी बख्शीश दी दुआ कर। की करना? बख्शीश दी दुआ करना, उना दे वास्ते अल्लाह दी रहमत तलब करना, ਉਹਨਾਂ ਦੀਆਂ ਕਬਰਾਂ 'ਚ ਰਹਿਮਤ ਨਾਜ਼ਿਲ ਹੋਵੇ, ਅੱਲਾਹ ਉਹਨਾਂ ਨੂੰ ਜੰਨਤ ਦੇ ਲਿਬਾਸ ਤੇ ਸਾਰੀਆਂ ਚੀਜ਼ਾਂ ਉਹਨਾਂ ਦੇ ਵਾਸਤੇ ਤਲਬ ਕਰਨਾ ਹੈ ਮਾਂ ਬਾਪ ਦਾ ਉਹਨਾਂ ਦੇ ਮਰਨ ਤੋਂ ਬਾਅਦ ਦੂਸਰਾ ਹੱਕ ਦਾ। ਤੀਸਰਾ ਮਾਂ ਬਾਪ ਦੇ ਜਿਤਨੇ ਖੂਨ ਦੇ ਰਿਸ਼ਤੇ ਨੇ, ਜਿਤਨੇ ਖੂਨ ਦੇ ਰਿਸ਼ਤੇ ਨੇ ਚਾਚੇ ਤਾਏ ਮਾਮੇ ਮਾਸੀਆਂ ਖੂਫੀਆਂ ਵਗੈਰਾ ਵਗੈਰਾ ਖੂਨ ਦੇ ਸਕੇ, ਉਹਨਾਂ ਸਾਰੇ ਰਿਸ਼ਤਿਆਂ ਨਾਲ ਉਵੇਂ ਹੀ ਮੁਹੱਬਤ ਰੱਖਣਾ ਜਿਵੇਂ ਬਾਪ ਤੇ ਮਾਂ ਦੇ ਜੀਂਦਿਆਂ ਹੋਇਆ ਉਹਨਾਂ ਨਾਲ ਮੁਹੱਬਤ ਮਾਂ ਬਾਪ ਰੱਖੇ। ਮਿਸਾਲ ਦੇ ਤੌਰ ਤੇ ਉਹ ਘਰੇ ਆਵਣ ਤਾਂ ਖੜੇ ਹੋ ਕੇ ਉਹਨਾਂ ਦੀ ਇੱਜ਼ਤ ਕਰਨਾ, ਆਪਦੀ ਥਾਂ ਤੇ ਬਿਠਾਉਣਾ, ਉਹਨਾਂ ਦਾ ਅਦਬ ਕਰਨਾ, ਉਹਨਾਂ ਦੀ ਖਿਦਮਤ ਕਰਨਾ। ਅਜ਼ੀਜ਼ਾਂ ਨੇ ਮਿਲਤ ਇਸਲਾਮੀਆਂ ਇਸ ਗੱਲ ਨੂੰ ਬਜ਼ੁਰਗ ਤੇ ਬੁੱਢੇ ਬੰਦੇ ਕਿੰਨੀ ਬਾਰੀਕੀ ਨਾਲ ਸਮਝ ਸਕਦੇ ਨੇ ਕਿ ਮੇਰੇ ਪਿਆਰੇ ਆਕਾ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਤਕਰੀਬਨ 1450 ਸਾਲ ਪਹਿਲਾਂ ਕਿੰਨੀ ਖੂਬਸੂਰਤ ਗੱਲ ਅਤਾ ਫਰਮਾਤੀ ਕਿ ਰਿਸ਼ਤੇਦਾਰਾਂ ਦੀ ਮਾਂ ਬਾਪ ਦੇ ਸੱਚੇ ਰਿਸ਼ਤਿਆਂ ਦੀ ਇੱਜ਼ਤ ਸਿਰਫ ਉਹਨਾਂ ਦੇ ਰਹਿਣ ਤੇ ਨਹੀਂ ਕਰਨੀ ਬਲਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਇੱਜ਼ਤ ਕਰਨੀ ਹੈ। ਇਹ ਮਾਂ ਬਾਪ ਦੇ ਮਰਨ ਤੋਂ ਬਾਅਦ ਉਹਨਾਂ ਦੇ ਹੱਕਾਂ ਦੇ ਵਿੱਚ ਇੱਕ ਹੱਕ। ਕਿਤਨੇ ਹੱਕ ਹੋ ਗਏ? ਚੌਥਾ ਮਾਂ ਬਾਪ ਦਾ ਮਰਨ ਤੋਂ ਬਾਅਦ ਆਕੇ ਕਿ ਉਹਨਾਂ ਨੇ ਅਗਰ ਕੋਈ ਮੰਨਤ ਮੰਨੀ ਕਿ ਮੈਂ ਮੁਹੱਲੇ ਦੀ ਫਲਾਂ ਗਰੀਬ ਯਤੀਮ ਬੇਵਾ ਔਰਤ ਨੂੰ ਕੱਪੜੇ ਦਿਵਾਵਾਂ, ਮੁਹੱਲੇ 'ਚ ਇੱਕ ਬੁੱਢਾ ਗਰੀਬ ਬੰਦਾ ਬਿਮਾਰ ਪਿਆ, ਦਵਾਈ ਦੇ ਪੈਸੇ ਕੋਈ, ਉਹਨੂੰ ਮੈਂ ਦਵਾਈ ਦਵਾਈ, ਮਸਜਿਦ ਦੇ ਅੰਦਰ ਪੱਖਾ ਨਹੀਂ ਪੱਖਾ ਲਵਾਵਾਂ, ਮਦਰਸੇ ਦੇ ਅੰਦਰ ਜਿਹੜੀਆਂ ਨੇ ਤਰਪਾਈਆਂ ਨਹੀਂ ਕੂਲਰ ਨਹੀਂ ਉਹ ਪਹੁੰਚਾਵਾਂ, ਵਗੈਰਾ ਵਗੈਰਾ ਜੋ ਵੀ ਤੂੰ ਨੀਅਤ ਕਰੀ, ਤੇਰੇ ਮਾਂ ਬਾਪ ਨੇ ਨੀਅਤ ਕਰੀ ਤੇ ਉਹ ਨੀਅਤ ਨੂੰ ਪੂਰਾ ਕਰਨ ਤੋਂ ਪਹਿਲਾਂ ਗੁਜ਼ਰ ਗਿਆ। ਕੀ ਹੋ ਗਿਆ? ਨੀਅਤ ਨੂੰ ਪੂਰਾ ਕਰਨ ਤੋਂ ਪਹਿਲਾਂ ਗੁਜ਼ਰ ਗਿਆ। ਅਜ਼ੀਜ਼ਾਂ ਨੇ ਮਿਲਤ ਇਸਲਾਮੀਆਂ ਉਹਨਾਂ ਦੇ ਗੁਜ਼ਰਨ ਤੋਂ ਬਾਅਦ ਉਹਨਾਂ ਦੀਆਂ ਮੰਨੀਆਂ ਹੋਈਆਂ ਸ਼ਰੀ ਮੰਨਤਾਂ ਨੇ ਜਿਹੜੀਆਂ ਉਹਨਾਂ ਨੂੰ ਪੂਰਾ ਕਰਨਾ, ਇਹ ਵੀ ਮਾਂ ਬਾਪ ਦਾ ਹੱਕ ਹੈ ਉਹਨਾਂ ਦੇ ਮਰਨ ਤੋਂ ਬਾਅਦ। ਕਿੰਨੇ ਹੱਕ ਹੋ ਗਏ? ਇਹਨਾਂ ਹੱਕਾਂ ਦਾ ਖਿਆਲ ਰੱਖੋ ਜਿਹਨਾਂ ਜਿਹਨਾਂ ਦੇ ਮਾਂ ਬਾਪ ਗੁਜ਼ਰ ਗਏ ਨੇ। ਬਹਿਰਿਆਲ ਆਪਾਂ ਜਿਹੜਾ ਉਹ ਸਿਲਸਿਲੇ ਨੂੰ